ਨਾਭਾ ਦੇ ਪਿੰਡ ਸਹੌਲੀ ਵਿਖੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ 40 ਸਾਲ ਦੇ ਮੇਵਾ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਕਿਸਾਨ ਦੀ ਮੋਟਰ ਤੇ ਕਤਲ ਤੋਂ ਬਾਅਦ ਪਿੰਡ ਵਿੱਚ ਫਿਲਹਾਲ ਦਹਿਸ਼ਤ ਦਾ ਮਾਹੌਲ ਹੈ। ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਮੇਵਾ ਸਿੰਘ ਇੱਕ ਵਧੀਆ ਇਨਸਾਨ ਸੀ। ਉਹਨਾਂ ਕਿਹਾ ਕਿ ਬੀਤੀ ਦੇਰ ਰਾਤ ਕਿਸਾਨ ਦੀ ਉਸਦੀ ਮੋਟਰ ਤੇ ਹੀ ਤੇਜ਼ ਹਥਿਆਰਾਂ ਨਾਲ ਹੱਤਿਆ ਕੀਤੀ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਕੇਸਰ ਸਿੰਘ ਨੇ ਕਿਹਾ ਕਿ ਉਸਦੇ ਭਰਾ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਾਰ ਭਾਈ ਨੇ ਜਿਹਾ ਪਿੰਡ ਦਾ ਮੁੰਡਾ ਟਰੱਕ ਤੇ ਜਾਂਦਾ ਹੁੰਦਾ ਜੀ, 3 ਕੁ ਦਿਨ ਹੋ ਗਏ ਤੈਨੂੰ ਟਰੱਕ ਤੇ ਨੂੰ ਸਰ। ਉਰੇ ਹੁਣ ਕੱਲ੍ਹ 12-1 ਵਜੇ ਦਾ ਚਲੋ ਪੀਂਦਾ ਖਾਂਦਾ ਰਿਹਾ, ਉਰੇ ਪਿਆ ਤੀ ਆਹ ਪਏ ਤੋਂ ਬਾਅਦ ਰਾਤ ਨੂੰ ਲਾਈਟ ਭੱਜ ਗਈ, ਲੋਕ ਆਪਦੇ ਘਰੇ ਵੱਗ ਗਏ। ਅੱਗੇ ਵੀ ਉੱਠ ਕੇ ਆ ਕੇ ਆਪਦੇ ਘਰੇ ਪੈ ਜਾਂਦੇ, ਭਾਈਆਂ ਨੂੰ ਲੈਦਾ ਕਮਰੇ 'ਚ ਰਹਿੰਦਾ ਕਰਦਾ ਸੀ। ਹੁਣ ਕਿਸੇ ਦਾ ਜੇ ਟੱਕ ਮਾਰਿਆ ਵਾ, ਹਾਂ ਜਾਨੀ ਕਤਲ ਹੋਇਆ ਵਾ, ਕੋਈ ਉਹ ਨਹੀਂ ਹੈਗਾ। ਹਾਂ ਹਾਂ ਜੀ, ਪੁਲਿਸ ਮੌਕੇ 'ਤੇ ਪਹੁੰਚੀ ਹੈ, ਪੱਤਰਕਾਰ ਭਾਈ ਮੌਕੇ 'ਤੇ ਪਹੁੰਚੇ ਨੇ ਜੀ। ਹਾਂ, ਕਾਰਵਾਈ ਕਰਦੀ ਹੈ, ਜੋ ਡਾਕਟਰੀ 'ਚ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕੰਮ ਹੋਜੂਗਾ ਜੀ। ਜੇ ਮਾਲਕ ਇਹ ਤਾਂ ਜੀ ਉਰੇ ਚੰਗੀ ਸੌਂ ਤੀ, ਉਰੇ ਮੋਟਰ ਚੱਲਦੀ ਤੀ ਜੀ, ਆਥਣੇ ਪੈ ਪੂਗੇ ਉਰੇ ਜੀ ਦਿਨ ਨੂੰ ਕੱਲ੍ਹ ਵੀ ਇੱਥੇ ਪਏ ਅਤੇ ਕਿਤੇ ਕਬੇੜਾ ਕਬੂੜਾ ਹੋ ਗਿਆ, ਪਤਾ ਨਹੀਂ ਜੀ ਕਿਹਨੇ ਇਹ ਕੰਮ ਕਰਿਆ ਜੀ। ਹੁਣ ਜੀ ਕਿ ਸਾਨੂੰ ਕਿਸੇ 'ਤੇ ਸ਼ੱਕ ਨਹੀਂ ਜੀ। ਹਾਂ ਜੀ, ਹੁਣ ਗਾਹਾਂ ਤਾਂ ਜਿਹੜੇ ਪੜਤਾਲ ਕਰਨਗੇ ਜੀ ਪੁਲਿਸ ਮੁਲਾਜ਼ਮ, ਇਹਨਾਂ ਨੂੰ ਪਤਾ ਲੱਗੂਗਾ ਵੀ ਕਿਹਦਾ ਇਹ ਕੰਮ ਕਰਿਆ ਕੋਈ। ਹਾਂ ਜੀ, ਦਾਰੂ ਪੀਂਦਾ ਤੀ ਉਹ, ਅੱਗੇ ਦਾ ਵੀ ਇਹ ਪੁਰਾਣਾ ਵੀ ਦਾਰੂ ਪੀਂਦਾ ਤੀ, ਜਾਣੀ ਵੀ ਕੱਲ੍ਹ ਜੀ ਉਰੇ ਪਿਆ, ਜ਼ਰੂਰਤ ਵੀ ਕੋਈ ਉਹਦੇ ਨਾਲ ਬੰਦਾ ਦਾਰੂ ਨਹੀਂ ਪੀਂਦਾ, ਦੇਖਿਆ ਕੋਈ ਲਵੇ ਬੋਤਲ ਨਹੀਂ, ਕੋਈ ਗਲਾਸ ਨਹੀਂ ਜੀ ਕੋਈ। ਇਹ ਜੀ ਗੁਰਦੀਪ ਸਿੰਘ ਆ ਜੀ, ਸੁਖਦੇਵ ਸਿੰਘ ਦਾ ਮੁੰਡਾ, ਇਹਨਾਂ ਨਾਲ ਜੀ ਇਹ ਤਾਂ ਆਪਣੇ ਘਰ ਵਰਗਾ ਕੰਮ ਆ, ਜ਼ਿਮੀਦਾਰਾਂ ਦੀ ਮੋਟਰ ਆ, ਇਹਨਾਂ ਨਾਲ ਕੋਈ ਇਹੋ ਜਿਹੀ ਲਾਗਾ ਦੇਗਾ ਨਹੀਂ ਜੀ। ਜੇ ਇਹ ਮਰਡਰ ਆ, ਅਸੀਂ ਵੀ ਹੁਣੇ ਮੌਕੇ 'ਤੇ ਪਹੁੰਚੇ ਹਾਂ, ਕਿਉਂਕਿ ਇਹ ਬੰਦਾ 40 ਸਾਲ ਦਾ ਹੈ, ਅਨਮੈਰਿਡ ਆ, ਟਰੱਕ ਡਰਾਈਵਰੀ ਕਰਦਾ, ਹੁਣੇ ਪਿੰਡ ਆਇਆ ਹੋਇਆ ਸੀਗਾ, ਅਤੇ ਅਚਾਨਕ ਇਹ ਜਿਹੜਾ ਲੱਗਦਾ ਜਿਵੇਂ ਰਾਤ ਨੂੰ ਹੀ ਇਹਦੇ ਜਿਹੜੇ ਕੋਈ ਕੱਟ ਦੇ ਨਿਸ਼ਾਨ ਨੇ, ਗਲਤ 2 ਕੱਟ ਦੇ ਨਿਸ਼ਾਨ ਆ, ਅਤੇ ਹੁਣ ਬਾਕੀ ਰੰਜਸ ਦਾ ਹਜੇ ਆਪਾਂ ਨੂੰ ਤਫਤੀਸ਼ ਦੌਰਾਨ ਪਤਾ ਕਰਾਂਗੇ ਵੀ ਕੀ ਹੋ, ਕੀ ਮੋਟਿਵ ਆ। ਇਹ ਕੋਈ ਬਲੰਟ ਜਿਹੜਾ ਜਿਵੇਂ ਕਸੀ ਵਗੈਰਾ ਦੇ ਲੱਗਦੇ ਆ ਕੱਟ ਨੇ, ਬਾਕੀ ਹੁਣ ਇਨਵੈਸਟੀਗੇਸ਼ਨ 'ਚ ਪੋਸਟਮਾਰਟਮ ਕਰਾਵਾਂਗੇ, ਉਦੋਂ ਬਾਅਦ ਜਿਵੇਂ ਵੀ ਹੋਇਆ ਉਸ ਤਰੀਕੇ ਨਾਲ ਆਪਾਂ ਪਰਚਾ ਦਰਜ ਕਰਕੇ ਇਨਵੈਸਟੀਗੇਟ ਕਰਾਂਗੇ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।